ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਤੁਹਾਡਾ ਨਾਮ ਜਸਪ੍ਰੀਤ ਸਿੰਘ ਅਸ਼ਕ ਸੰਯੁਕਤ ਅਕਾਲੀ ਦਲ ਵੱਲੋਂ ਅੱਜ ਇੱਕ ਬੈਠਕ ਹੁੰਦੀ ਹੈ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਵੀ ਨਜ਼ਰ ਆਉਂਦੇ ਨੇ ਤੇ ਜਗਮੀਤ ਬਰਾੜ ਵੀ ਨਜ਼ਰ ਆਉਂਦੇ ਨੇ ਬੀਬੀ ਜੀ ਸਾਡੇ ਨਾਲ ਨੇ ਹਾਂਜੀ ਕੱਟ ਹੁੰਦਾ ਅੱਜ ਇੱਕ ਛੱਤ ਥੱਲੇ ਇਕੱਠੇ ਹੋਏ ਕਿਸ ਤਰੀਕੇ ਨਾਲ ਮੀਟਿੰਗ ਦੇਖੋ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਕੌਮ ਚਿੰਤਤ ਹੋਈ ਹੈ ਲੀਡਰ ਜਿਹੜੇ ਆ ਉਹ ਮਹਿਸੂਸ ਕਰਦੇ ਆ ਕਿ ਸਾਨੂੰ ਇੱਕ ਮੁੱਠ ਹੋ ਕੇ ਕਿਸੇ ਏਜੰਡੇ ਦੇ ਉੱਤੇ ਤੁਰਨਾ ਚਾਹੀਦਾ ਕਿਸੇ ਮਰਿਆਦਾ ਵਿੱਚ ਰਹਿਣਾ ਚਾਹੀਦਾ ਔਰ ਪੰਜਾਬ ਦੀ ਵਿਕਾਸ ਦੀ ਗੱਲ ਪੰਜਾਬ ਦੀ ਸ਼ਾਂਤੀ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਜਾਂ ਕੌਮ ਦੀ ਜਿਹੜੀ ਹੈ ਪੰਥ ਦੀ ਗੱਲ ਜਿਹੜੀ ਹੈ ਉਹ ਚੜ੍ਹਦੀ ਕਲਾ ਨਾ ਕਰਨੀ ਚਾਹੀਦੀ ਅਤੇ ਇਹਦੇ ਸਿਵਾ ਤੁਹਾਡਾ ਧੰਨਵਾਦ ਕਰੋ ਵੀ ਅਸੀਂ ਸਾਰੇ ਇੱਕ ਸੋਚ ਲੈ ਕੇ ਤੁਰੇ ਹਾਂ ਛੱਤ ਥੱਲੇ ਤਾਂ ਇਕੱਠੇ ਹੋ ਗਏ ਪਰ ਇੱਕ ਪਾਰਟੀ 'ਚ ਇਕੱਠੇ ਹੋਣ ਨੂੰ ਕਿਉਂ ਟਾਈਮ ਲੱਗ ਰਿਹਾ ਕੋਈ ਜ਼ਰੂਰੀ ਹੁੰਦਾ ਕਿ ਪਾਰਟੀ 'ਚ ਇਕੱਠੇ ਹੋਈਏ ਅਸੀਂ ਸ਼ਾਇਦ ਇਕੱਠੇ ਹੋਈ ਜਾਈਏ ਸਾਰੇ ਰੀਫੋਰਮੇਸ਼ਨ ਕਰੀਏ ਜਿਹੜੇ ਪੰਥ ਦੀ ਗੱਲ ਕਰਦੇ ਹੋ ਬਹੁਤ ਸਾਰੇ ਮਰਿਆਦਾ ਦੀ ਗੱਲ ਆ ਹੁਣ ਅਕਾਲੀ ਦਲ ਬਾਦਲ ਮੈਂ ਨਾਲ ਕਰਾਂਗਾ ਕਿਉਂਕਿ ਅਕਾਲੀ ਦਲ ਵੀ ਹੁਣ ਜਿਹੜੇ ਡਿਫਰੈਂਟ ਆ ਉਹਨਾਂ ਦੇ ਵਿੱਚ ਜਿਹੜਾ ਉਹ ਵੀ ਇਹੀ ਗੱਲਾਂ ਕਰ ਰਹੇ ਨੇ ਹੁਣ ਉਹੀ ਚੋਣਾਂ ਉਹੀ ਮੁੱਦਿਆਂ ਨੂੰ ਲੈ ਕੇ ਆ ਰਹੇ ਨੇ ਜੇ ਉਹਨਾਂ ਨੇ ਪਹਿਲਾਂ ਵੀ ਤਾਂ ਕੀਤੀ ਹੈ ਲੋਕਾਂ ਦਾ ਵਿਸ਼ਵਾਸ ਕਿਉਂ ਟੁੱਟਾ ਇਹਦਾ ਮਤਲਬ ਜੇ ਪਹਿਲਾਂ ਸਭ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ ਜੇ ਅਸੀਂ ਵੀ ਨਹੀਂ ਜਿੱਤਾਂਗੇ ਤਾਂ ਸਾਡੇ ਨਾਲ ਵੀ ਲੋਕੀ ਨਹੀਂ ਆਉਣਗੇ ਆਪਾਂ ਸਾਫ਼ ਗੱਲ ਕਹਿੰਦੇ ਹਾਂ ਜਿੱਤ ਰਹੇ ਹੁਣ ਕਿਵੇਂ ਜਾ ਰਹੇ ਹੋ ਲੋਕਾਂ ਬਸ ਤੁਹਾਨੂੰ ਦੱਸਾਂਗੇ ਜਿੱਤ ਕੇ ਟਾਈਮ ਲੱਗੇਗਾ ਹਜੇ ਚੀਜ਼ਾਂ ਦੇਖਣ ਨੂੰ ਨਹੀਂ ਸਮਾਂ ਤਾਂ ਲੱਗਦਾ ਹੀ ਹੈ ਜੀ ਬਿਲਕੁਲ ਜਿਹੜਾ ਬੀਬੀ ਜਗੀਰ ਕੌਰ ਸਾਡੇ ਨਾਲ ਸੀਗੇ ਜਿਹੜੇ ਕਿ ਦਾਅਵਾ ਕਰ ਰਹੇ ਨੇ ਕਿ ਇੱਕ ਛੱਤ ਥੱਲੇ ਅਜੇ ਇਕੱਠੇ ਜ਼ਰੂਰ ਹੈ ਇੱਕ ਪਾਰਟੀ ਇਕੱਠੇ ਹੋਣਾ ਜ਼ਰੂਰੀ ਨਹੀਂ ਪਰ ਪੰਥਕ ਮੁੱਦਿਆਂ 'ਤੇ ਅਸੀਂ ਜ਼ਰੂਰ ਜਿਹੜੇ ਉਹ ਲੜਾਂਗੇ ਸੋ ਦੇਖਦੇ ਹੋ ਟੀਵੀ ਪੰਜਾਬ ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ